ਨਾਂਗੀ ਹੋ ਜਾਂਦੀ ਆ ਨੀ ਖੜ ਜਾ ਨੀ ਰੁਕ ਜਾ ਨੀ ਸੁਣ ਲੈ ਮੇਰੀ ਗੱਲ ਤੂੰ ਫੁੱਲੀ ਬੁੱਢਾ ਯਾਰ ਹਾ ਹਾਏ 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 ਫੁੱਲੀ ਬੁੱਢਾ ਯਾਰ ਬੋਟਾ ਦੁਖਦਾ ਤੂੰ ਨਾ ਮੈਨੂੰ ਫਿਰ ਬਦਲੇ ਬੁੱਢਾ ਯਾਰ ਬੁੱਢਾ ਯਾਰ ਇੱਥੇ ਕਹੀ ਤਰਕੇ ਜਾਣਗੇ ਹਾਂ ਨੀ ਖੜ ਜਾ ਨੀ ਹੋਰ ਪਾਕ ਪਾਵੇਂਗੀ ਨੀ ਤੈਨੂੰ ਕਿਸੇ ਨੇ ਬੋਟਾ ਨਹੀਂ ਦੇਣੀਆਂ ਤੈਨੂੰ ਵੀ ਵੱਢ ਦੂੰ ਮੈਂ ਤੈਨੂੰ ਵੀ ਵੱਢ ਦੂੰ ਧਰਤੀ ਮਾਤਾ ਬੜਵਾਤੀ ਸੀ ਮੈਂ ਨੀ ਖੜ ਜਾ ਖੜ ਜਾ ਖੜ ਜਾ ਨੀ ਫਿਰ ਆ ਜਾ ਨੀ ਤੂੰ ਆ ਜਾ ਖੜ ਜਾ ਖੜ ਜਾ ਮੈਂ ਆ ਗਈ ਮੁਰ ਜਾ ਪੁੱਠੀ ਨੀ ਮੇਰੀ ਗੱਲ ਸੁਣ ਮੁੜ ਜਾ ਮੈਂ ਤੈਨੂੰ ਕਹਤਾ ਨੀ ਹਾਰੇ ਮੇਰੇ ਨਾਲ ਮਾਰੀ ਮੇਰੀ ਗੱਲ ਸੁਣ ਲੈ ਨੀ ਤੇਰੇ ਬੋਟਾਂ ਖਰਾਬ ਹੋ ਜਾਣਗੇ ਬੋਟਾਂ ਤੂੰ ਜਾਣ ਇਧਰ ਮੇਰੀ ਗੱਲ ਸੁਣ ਲੈ ਤੀ ਬਣ ਕੇ ਫੁੱਲੀ ਵੜਦੀ ਫੁੱਲੀ ਵੜਦੀ ਫੁੱਲੀ ਵੜਦੀ ਮੇਰੀ ਗੱਲ ਸੁਣ ਲੈ ਨੀ ਪੁੱਤ ਬਣ ਕੇ ਦੱਚ ਦੱਚ ਨੀ ਕੰਮ ਖਰਾਬ ਹੋ ਜਾਊਗਾ ਜੇ ਤੂੰ ਉਹਦੇ ਕਹੀ ਮਾਰੀ ਨਾ ਅਗਲੀ ਉੱਥੇ ਠਾਣੇ 'ਚ ਨਾ ਧਰ ਦੂੰ ਤੈਨੂੰ ਮੇਰੀ ਗੱਲ ਤੈਨੂੰ ਜੇਲ ਦੇ ਅੱਖ ਮਰਜੀ ਹੋ ਜਾ ਜੇਲ ਦੇ ਅੱਖ ਨੂੰ ਕੁਛ ਅੱਜ ਦਾ ਗਾਟਾ ਲੱਗ ਪਰੇ ਹੋ ਜਾ ਨਾ ਤੀ ਬਣ ਕੇ ਹਾੜੇ 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 ਨਾ ਵੇਖ ਬਣ ਕੇ ਨੀ ਮਰ ਲੈ ਮੇਰੇ ਮਰ ਲੈ ਨੀ ਹਟ ਜਾ ਹਾਏ ਹਾਏ ਮੈਂ ਮਰ ਜਾ ਬੜਾ ਤਪਾਈ ਇਸ ਨੇ ਅੱਜ ਤਾਂ ਇਹ ਖੂਨ ਖਰਾਬਾ ਕਰਕੇ ਹਟੂਗੀ ਹੈ ਕੋਈ ਗੱਲ ਨਹੀਂ ਚੱਲ ਭਾਈ ਕਿੱਥੇ ਹੁਣ ਮੈਂ ਦੇ ਮਗਰ ਮਗਰ ਭੱਜਾਂ ਕੁੱਡਰ ਦੇ ਦੇਖੀ ਜਾਊਗੀ ਲੈ ਦੇਖ ਲੈ ਖੜ ਜਾ ਆ ਗਈ ਮੈਂ ਓ ਲੈ ਜੇ ਕੁਝ ਭੁੱਖ ਲੱਗੀ ਪਈ ਆ ਤਾਂ ਫਿਰ ਕੁਝ ਖਾ ਲਾ ਐਪਲ ਖਾ ਲਾ ਕੀ ਓਏ ਨੂੰ ਤੇਰੀ ਨੂੰ ਓਏ ਆ ਕੀ ਹੋ ਗਿਆ ਉਹ ਥੋੜੀ ਹੈ ਉਹਦੀ ਮਾਂ ਵੀ ਮਗਰ ਮੈਨੂੰ ਤਾਂ ਲੱਗਦਾ ਗੜਬੜ ਹੋ ਗਈ ਓਏ ਉਹ ਚਾਹੇ ਕਰ ਬੋਗੇ ਤੂੰ ਅੱਗ ਸਵਾ ਖਾ ਲਾ ਜਿਹੜੀ ਖਾਣੀ ਆ ਇੱਧਰ ਤਾਂ ਕਤਲ ਹੋ ਗਏ ਖੁਦਕੁਸ਼ੀ ਨਾ ਕਰਨ ਚੱਲੀ ਹੋਵੇ ਆ ਜਾ ਭੱਜ ਲਾ ਚੜਤੀ ਹਾਂ ਅੱਜ ਤਾਂ ਮਾਰੂ ਮੈਂ ਉਹਨੂੰ ਖੜਜਾ ਗਰਮੀ ਤਾਂ ਅੱਜ ਤਾਂ ਤੇਰਾ ਗਲ ਵੱਡੂ ਮੈਂ ਆ ਗਈ ਕੋਈ ਨਾ ਹਾਂ ਸੱਚਪ੍ਰੀਤ ਤੂੰ ਕੱਪੜੇ ਲਿਆ ਨੀ ਆਪਦੇ ਲਿਆਈ ਸੀ ਕਿਹੜੇ ਰੰਗ ਦਾ ਸੂਟ ਲਿਆਈ ਆ ਤੂੰ ਅੱਛਾ ਤੇ ਤੂੰ ਨੀ ਖਰਚਾ ਨੀ ਗਰਮੀਤ ਅੱਜ ਤਾਂ ਤੇਰਾ ਸਿਰ ਮੈਂ ਪਾੜੂੰਗੀ ਖਰਚਾ ਖਰਚਾ ਨੀ ਉਹ ਗਰਮੀਤ ਤੇਰਾ ਨੌਕਾ ਤਾਂ ਲਈ ਜਾਂਦੀ ਨੀ ਕੀ ਹੋ ਗਿਆ ਨੀ ਉਹ ਤਾਂ ਭੱਜ ਗਈ ਨੀ ਨੀ ਕੀ ਹੋ ਗਿਆ ਅੱਜ ਨਹੀਂ ਛੱਡਦੀ ਤੈਨੂੰ ਨੀ ਕੁਛ ਨਹੀਂ ਹੋਇਆ ਪਰੇ ਹੋ ਜਾ ਭੱਜੋ ਪਰੇ ਹੋ ਜਾ ਅੱਜ ਨਹੀਂ ਛੱਡਦੀ ਤਾਂ ਮਾਰੂ ਅੱਜ ਤਾਂ ਮਾਰੂ ਖਰਚਾ ਰੁਕ ਜਾ ਖਰਚਾ ਖਰਚਾ ਨੀ ਜੱਫੜਾ ਰੁਕ ਜਾ ਖਰਚਾ ਅੱਛਾ ਠੀਕ ਆ ਉਹ ਇੱਧਰ ਥੋੜੀ ਲੜਾਈ ਕਰਦੇ ਹਾਂ ਤੂੰ ਫੋਨ ਜਾ ਕੱਟ ਦੇ ਲੈ ਉਹ ਪੈਣ ਦਾ ਫੋਨ ਆ ਪੈਣ ਦਾ ਪੈਣ ਦਾ ਫੋਨ ਪੈਣ ਨਹੀਂ ਬੁੱਗੇ ਦਾ ਫੋਨ ਹੋ ਤੁਸੀਂ ਮੇਰੇ ਨਾਲ ਪੈਣ ਦਾ ਫੋਨ ਆ ਪੈਣ ਦਾ ਐ ਨਹੀਂ ਬੋਲਦੇ ਹੁੰਦੇ ਇੱਕ ਮਿੰਟ ਮੈਂ ਫੇਰ ਕਰਦਾ ਬੁੱਗੇ ਕਾਪਰੀ ਦਾ ਤਾਂ ਫਿਰਦੇ ਆ ਕੀ ਗੱਲ ਹੋ ਗਈ ਬਾਹਰ ਕੱਟ ਤੂੰ ਬਾਹਰ ਨਿਕਲ ਜਾ ਖਾਪੀ ਖਾਣਣੇ ਬਾਹਰ ਆ ਜਾ ਗਲਤ ਤਾਂ ਦੱਸਦੇ ਕੀ ਹੋ ਗਈ ਮੰਜਾ ਚੱਕ ਲੈ ਮੰਜਾ ਚੱਕ ਲੈ ਕਈ ਕਈ ਫੜ ਬੇਬੇ ਕਈ ਫੜਾ ਕਈ ਭਾਈ ਤਾਂ ਕੋਈ ਗੱਲ ਨਹੀਂ ਉਹ ਕਈ ਫੜ ਬੇਬੇ ਬਾਹਰ ਆ ਜਾ ਪਾਣੀ ਦੇਖ ਲਾ ਲਿਆ ਪਾਣੀ ਦਾ ਪਿੰਡ ਚ ਪ੍ਰਭਾਵ ਅਗਲਾ ਸਾਡਾ ਸਾਰਿਆਂ ਦਾ ਪ੍ਰੈਸ਼ਰ ਘਟਦਾ ਮੈਨੂੰ ਹੋਰ ਆਪਣੀ ਸਾਡੀ ਸਰਪੰਚ ਉਹ ਤਾਂ ਜਾਣ ਕੇ ਕਹਿੰਦਾ ਸੀ ਇਹ ਤਾਂ ਇੱਧਰ ਕੇ ਰੌਲਾ ਆ ਉਹ ਤਾਂ ਕਿਸੇ ਦੀ ਮੱਝ ਖੁੱਲ ਗਈ ਸੀਗੀ ਇੱਧਰ ਤੁਹਾਡਾ ਘਰ ਨਹੀਂ ਕਰਤਾ ਛੋਡਾ ਛੋੜਾਗਾ ਮਗਰ ਬਾਵਾ ਲੈਟਰ ਮੇਰੀ ਗੱਲ ਛੋੜ ਹੈ ਕੀ ਬਲੀਆਂ ਪੈ ਗਈਆਂ
मगर का तो भजी सी मेरा तो दम करता बाकी तुसी की लैन आईया से मगर मेनू आए दस पहला मेरी गल सुन ली कुटर की कोई तसली नहीं होंगी नहीं तेरे सिर च मार दी कही है तेन क्या बिजली लगा ले खेत जानी है मेनू कड़ा पता सी मैं तो ऐसी मेरा सिर पाड़ूगी कि देख ला जाती खेत खतरा पक्की तो कितनी वोटा मंगी हाले मेरी गल सुन ला ये ता चाके कही वीर नेरी होली करो हो हम मैं ता मगर भज्जी बथेरे ललकारे मारे बथेरा बोली भी खड़ जानी रुक जानी इनता मेरी एक नहीं सुनी इनता नेरी मेरी बन नेरी आपदी बनी वीर भज्जी आई तेरे मगर सौकन केड़ी वोटा ए जेल च जाऊ सीधी हुई ओही गल तेरे जवाक रुजा दे मेरी गल सुन लैन ता देख लिया सी ना बिलंबा दे जांदी है उसका जेड़ा पट गई थी मूलिया गज रही ओदा लांबा देख देख मैं लड़ी हाँ फिर कही चकी है तू भी सची है फिर सची है भाई हूं लंबे तो सुनने बथेरे औखे ने भी चल कोई ना ओदे बहाने ना घरे आ गए तुसी बैजो मैं चाह दी कुट बना के लियानी है चल कोई ना ती असि देख जाने चाह दी सानू कस दी लोड़ नहीं नहीं तो साडी अगली पीती भी चाह घरे जाके देख ला चाची घरे कोई होर ना कुछ जुगड़ा पा दे देखी जाओ भाई हां देख लो फिर जाके चल आप भी चलिए चल ठीक है दीदी हां चंगा प्रीत ना देख ला सिद्धरी ने मेरे घरे तो फेड़ बाग आ गई देख ला बूमा मर जा देख आला की कहूगा भी गुरमीत के घरे की हो गया की है नी तेरा भी सर ही पैगा ना भैने अज तो बाद लांबा रूंबा लेके मैं तो नहीं जाती पटतियां पर मोलियां और की है फिर बग का बग आ गया न चल उठा कम कार करा कोई बीबी मुक गई गलिया हो गई छोटी बातचीत फुलकारी पाट जानी ती ले बस सेवा वाल अदगन नहीं मेनू मेरी गल सुन हेलो परवीर मेरे कभी अखा चखा पा के गल करी नी मेरे मूह बार लग गया इधर बह के अखा चखा पा ला मेरी गल सुन मेरी गल सुन मेरी गल सुन मैं तेन ऐ कहनी पर भी ना हूँ जड़िया वोटा ने वह आप जारी कर लगे हैं तेन पता भी सरपंच नहीं बनू ना बनू पर बनू जरूर है ते देख चौ निशान हैगा तेरा तेरी देख फ्राक सूट पक्की आऊगी ठीक है मेरा आऊगा लाचा पक्का कहते लाचा तरजीजा कहते लाचा लेके भेजूगा मैं तो सग लगती है नहीं लाचा कि पाऊंगी आप कर नक् चुक जी मारती हूं आनी होनी अकल नहीं हैगी तेन मुश्कदा घर आदू ता जमी अकल नहीं हैगी बीबी किधर तुरी ले मैं करा खुरक खुरक करनी है ले मैं कर दिनी ले करा की करी जानी है तू बेटी खुरक करी जाती सी प्रवीण दे तू तो पासे देने गल्ला मारी जा कर होर करे कम नमेड़ लिया हां कम लिबड़ ता गई सी बस तू हां मैं नमेड़ गई थी तू ना कोई डक्का दूरा करी नक् चुक उंगला मारी नहीं जीबा हैं पै कहदी सी बीबी तू कि चाके लेके आई जानी मूह ली बाछी लेती कर दुद्ध जा तत्ता करके पत्ती जी पा लैनी आ फड़ सूट पसंद है ना तेरे आपदे सूट ले चलिया कर हां नी तेरा तेरा अच्छा मेरा अच्छा बोटा वास्ते बर्तन वास्ते की दे बर्त बुग्गा दा बर्त नी मैं रख दी की दे को कहंदा सी जेड़ा
बैठा पति परमेश्वर मेरा नहीं कोई ना सुख ता मनाई दी हुंदी है ना चाहे देसा परदेसा च किथे मर्जी बैठा बंदा सुख ता सुख ही हुंदी है ना। अच्छा फिर फिर की कुछ खाना वर्त च भुखी भखी नी मैं रेंदी अक कुछ नी खाई दा हुंदा हैगा नहीं तां मैं तैनूं नेरे उठ के चूरी कुट के दे दूं चूरी खा ली तू गुड़दी चूरी नी बीबी कहे कस दी मर्जी कटवा ली ले सूट दे नी पहले आ सूट फड़ तू ते तड़के तेरा बर्तन नाले सूट सोना हैगा हां हां चंगा बस फिर मैं जानी आगी मैं भी जानी हां मैं तड़के रखना के अज आगे नी तड़के बर्त रखा जाऊ तड़के तड़के हैगा बर्त मेरी गल छड़ बीबी आ आपा चल दगा तड़के बर्त रखना तड़के मैं चूरी खा के बर्त रखूंगी तू देखी तो जाई बर्त खा दू नेरे 4 बजे उठ खड़ी मैं हैं 4 बजे उठ के बर्त रहूंगा 4 बजे उठ के ना चूरी चल तेनू मैं कुट दू 10 बजे उठा दी हड़के 4 बजे तक धक्का करी जानी है तू। अच्छा नहीं 10 बजे बर्त किथों रहूंगा 10 बजे तक नहीं कहानी सुन लगी दोपहर दी। अच्छा 10 होर चल कोई ले तू मेरी चूरी कुट के दे दूध च पा दी पत्ती चंगा चंगा चल दूध च पत्ती पा दे वहां मेरी सेवा ना करी ले आ जा पूछ के आईए मासी नु किन्ना का टाइम लाऊगी कहानी सुनाउन नु और भूख लग रही हैगी हुन टाइम भी बहुत हो गया ना और ਸਮਾਲ ਲਿਆਂਦਾ ਸਾਰਾ ਹਾਂ ਲਿਆਂਦਾ ਸੂਟ ਜਿਹਾ ਬਲਾਈ ਸੋਹਣਾ ਲੱਗਦਾ ਤੇਰੇ ਹੋਰ ਨਮਾ ਸਮਾਇਆ ੜੀਏ ਹਾਂ ਹੋਰ ਫਿਰ ਸੂਟ ਦਾ ਤਾਂ ਫਿਰ ਨਾ ਮੇਰੀ ਹੱਕ ਬਣਦਾ ਵਰਤਾਂ ਨੂੰ ਤਾਂ ਹੋਰ ਨਹੀਂ ਆਪਾਂ ਜਾ ਤਾਂ ਰਹੇ ਆ ਹਾਂ ਨਹੀਂ ਉਹ ਨਾ ਕਿਤੇ ਗੜ ਪੈ ਜਾਏ ਜੱਬੜ ਜੀ ਨਾ ਨਾ ਉਹਨੂੰ ਪਤਾ ਹੈ ਵੀ ਵਰਤਾਂ ਅੱਜ ਤਾਂ ਉਹਦਾ ਵੀ ਵਰਤ ਹੈਗਾ ਅੱਜ ਤਾਂ ਉਹ ਵੀ ਭੱਜੀ ਫਿਰਦੀ ਹੋਣੀ ਹੈ ਝੱਟ ਦੇਖਣ ਵਾਲੀ ਆ ਨਾ ਮੈਨੂੰ ਲੱਗਦਾ ਅੱਜ ਕੋਈ ਨਾ ਦੇਖਾਂਗੇ ਮੈਨੂੰ ਐ ਲੱਗਦਾ ਕਿਤੇ ਉਹ ਨਾ ਪਾਣੀ ਵਾਲੇ ਤੌੜੇ ਦੇ ਆਲੇ ਦੁਆਲੇ ਫਿਰਦੀ ਹੋਵੇ ਗੇੜੇ ਕੱਢਦੀ ਅਹੀ ਜਿਹੀ ਆ ਉਹ ਨਹੀਂ ਅੱਜ ਨਾ ਭਜਾ ਦੇ ਦੀਦੀ ਆਪਾਂ ਨੂੰ ਹੋਰ ਆੜਾ ਨਾ ਅੜੀ ਮੈਨੂੰ ਤਾਂ ਡਰ ਲੱਗ ਰਿਹਾ ਕਿਤੇ ਉਹ ਨਾ ਜਲੂਸਾ ਕੱਢ ਦੇ ਆਪਣਾ ਨਹੀਂ ਉਹ ਤਾਂ ਹੀ ਨਹੀਂ ਪਤਾ ਚੋਰ ਨੂੰ ਪਾਣੀ ਪੀਏ ਨਾ ਜਾਵੇ ਕਿਤੇ ਹਨਾ ਆਏ ਨਹੀਂ ਪਤਾ ਪ੍ਰਵੀਨ ਕੋਲੇ ਬੈਠੀ ਉਹਦਾ ਵਰਤ ਖਲਾਉਣ ਮੰਡੀ ਪਈ ਪਾਣੀ ਦਾ ਗਲਾਸ ਲੈ ਕੇ ਸਹੀ ਗੱਲ ਆ ਹਾਂ ਭੈਣੇ ਅਹੀ ਜੋ ਆ ਕਹਿ ਰਹੀ ਸੀ ਉਹਦੇ ਕਹਿੰਦੀ ਪ੍ਰਵੀਨ ਦਾ ਵਰਤ ਰਖਾਉਣਾ ਵੇ ਅੱਛਾ ਹਾਂ ਲਾ ਦੇ ਹਲ ਚਲ ਦੇਖ ਬਾਕੀ ਦੇਖਦੇ ਆ ਚਾਚੀ ਕੋਲ ਚੱਲਦੇ ਆ ਆਹੋ ਚਲ ਕਰੀ ਆ ਮਾਸੀ ਹਾਂ ਭਾਈ ਕਰੀ ਆ ਅੱਛਾ ਤੇ ਉਹ ਕਹਾਣੀ ਕਦੋਂ ਕ ਸੁਣਾਉਂਗੇ ਹਲੇ ਮੈਂ ਨਾ ਹੂੰਗੀ ਨਾ ਕੇ ਕਹਾਣੀ ਸੁਣਾਉ ਸੋਨ ਅੱਧੇ ਕ ਘੰਟੇ ਤੱਕ ਆ ਜਾਓ ਤੁਸੀਂ ਚੰਗਾ ਚਲ ਠੀਕ ਆ ਫਿਰ ਆਪਣੀ ਸਰਪੰਚ ਨੇ ਵੀ ਵਰਤ ਰੱਖਿਆ ਸਰਪੰਚਣੀ ਨੂੰ ਮੈਂ ਕਹਿਣੀ ਆ ਵੀ ਤੂੰ ਵੀ ਭਾਈ ਆਪਦਾ ਹੋ ਜਾ ਤੁਹਾਡੇ ਵਾਂਗੂ ਮੇਕਅਪ ਕਰ ਲੂਗੀ ਆਪ ਤਾਂ ਮੈਂ ਸਰਪੰਚਣੀ ਦਾ ਰਖਾ ਰੱਖਿਆ ਹੈਗਾ ਅੱਛਾ ਪਾਣੀ ਪੁਣ ਤਾਂ ਨਹੀਂ ਪੀਗੀ ਕਿਤੇ ਚੋਰ ਨੂੰ ਨਾ ਨਾ ਹਜੇ ਤੱਕ ਤਾਂ ਭਾਈ ਪੀਤਾ ਨਹੀਂ ਦੇਖਾ ਫੇਰ ਮੈਨੂੰ ਪਤਾ ਨਹੀਂ ਮੈਂ ਤਾਂ ਉਹਦੀ ਰਾਖੀ ਰੱਖ ਰੱਖੀ ਹੈ ਕਿ ਤੜਕੇ ਦੀ ਨੇ ਹਾਂ ਉਹ ਦਾ ਤੈਨੂੰ ਪਤਾ ਹੀ ਹੈ ਕੀ ਤਸੱਲੀ ਹੈ ਜੀ ਦੀ ਹਾਂ ਹਾਂ ਚੱਲ ਕੋਈ ਨਾ ਚੱਲ ਨਾ ਲੱਗ ਕੋਈ ਨਾ ਮੈਂ ਨਾ ਕੇ ਕੱਪੜੇ ਕੱਪੜੇ ਬਦਲਣਾ ਬਸ ਅੱਧਾ ਕ ਘੰਟਾ ਹੀ ਲੱਗੂਗਾ ਠੀਕ ਹੈ ਠੀਕ ਹੈ ਮਾਸ ਕੋਈ ਨਾ ਨਾ ਲੱਤ ਕੋਈ ਬਾਲੀਆਂ ਖਾਲੀਆਂ ਹੋ ਜਾਂਦੀਆਂ ਨੇ 2 ਘੰਟੇ ਵੀ ਨਹੀਂ ਭੁੱਖ ਕੱਟ ਸਕਦੀਆਂ ਛੇਤੀ ਕਹਿੰਦੇ ਸਨੇਹਾ ਸਾਨੂੰ ਕਹਾਣੀ ਸੁਣਾ ਦੇ ਵੀ ਮੈਨੂੰ ਤਾਂ ਨਾ ਨੂੰ ਲੈਣ ਦੇ ਨਾਲੇ ਕੁੱਡਰ ਜੀ ਨੂੰ ਕਹਿਣੀ ਆ ਵੀ ਤਿਆਰ ਹੋ ਜਾ ਸੋਹਣੇ ਕੱਪੜੇ ਪਾ ਲੈ ਵਧੀਆ ਮੇਕਅਪ ਕਰ ਲੈ ਫਿਰ ਮੈਂ ਕਹਾਣੀ ਸੁਣਾ ਦੂੰ ਸਾਰਿਆਂ ਨੂੰ ਇਕੱਠੀਆਂ ਨੂੰ ਕਹਾਣੀ ਸੁਣਾ ਦੂੰਗੀ ਲੰਗੀਆਂ ਕ ਸੁਣਦੀਆਂ ਨੇ ਕਿਤੇ ਐਵੇਂ ਨਾ ਕਹੀ ਜਾ ਚੱਲ ਲੰਗੀਆਂ ਹੈ ਨਾ ਸ਼ੁਕਰ ਅੱਧਾ ਘੰਟਾ ਫਾਇਦਾ ਹਲੇ ਹੋਰ ਚੱਲ ਚਾਚੀ ਨਾ ਲੈਣ ਦੇ ਚਾਚੂ ਪੀ ਲੈਣ ਦੇ ਆਹੋ ਹਲੇ ਉਹਨੂੰ ਵੀ ਤਿਆਰ ਕਰੂ ਕਿਤੇ ਵਾਖਾਂ ਮੰਗੂ ਹੋਰ ਕਿੱਧਰ ਚੱਲੀਆਂ ਕੁੜੇ ਅੱਜ ਤਾਂ ਬਾਗੀ ਨਿਕਲਾਂਗਾ ਫਿਰ ਦੂੰਗਾ ਚਾਚੀ ਕੋਲੇ ਗਏ ਸੀ ਕਹਾਣੀ ਵਾਸਤੇ ਚਾਚੀ ਕਹਿੰਦੀ ਨਾ ਨੂੰ ਲੈਣ ਦੇ ਚਾਚੂ ਪੀ ਲੈਣ ਦੇ ਮੈਨੂੰ ਵਰਤ ਰੱਖਿਆ ਹੋਊਗਾ ਹਾਂ ਚੱਲ ਜਾਉਂਦੇ ਬਸ ਰਹੋ ਭਾਗਣਾ ਭਾਗਣਾ ਰੱਖਣਾ ਤੱਕ ਬਣਦਾ ਹੈਗਾ ਤੂੰ ਐਂ ਤੇ ਇੱਧਰ ਜਾਣੀ ਘਰੇ ਉਹਨਾਂ ਦੇ ਹਾਂ ਮੈਂ ਕਹਿੰਦੀ ਜਾਣੀ ਐ ਅੱਛਾ ਹੁਣ ਪੁੱਛ ਕੇ ਉਹਨੇ ਜੱਬੜੀ ਜੀ ਨੇ ਉਹਨੇ ਵੀ ਰੱਖਿਆ ਸੀ ਵਰਤ ਤਾਂ ਹਾਂ ਅਸੀਂ ਵੀ ਪੁੱਛਿਆ ਸੀ ਕਹਿੰਦੇ ਰੱਖਿਆ ਕਹਿੰਦੇ ਮੈਂ ਜਮਾ ਦਵਾਂ ਨੂੰ ਹਾਂ ਚੱਲ ਜਾ ਆ ਕੋਈ ਨਾ ਫਿਰ ਠੀਕ ਹੈ ਆ ਤੂੰ ਕਦਾਂ ਬੂਮਾ ਮਰ ਜਾ ਨਹੀਂ ਕਿਵੇਂ ਘਰਾੜੇ ਛੱਡੀ ਜਾਂਦੀ ਐ ਨਹੀਂ ਗੁਰੀ ਰੋਟੀ ਖਾਣੀ ਭੁੱਖ ਲੱਗੀ ਪਈ ਹੈਗੀ ਹਾਂ ਨਹੀਂ ਮੈਂ ਤੈਨੂੰ ਤਾਂ ਹੀ ਠਾਇਆ
कपड़े बदल मैं नाल कपड़े बदल ले कहानी कल तो झूठ पाया नहीं नहीं ती बन के आ चक सूट नहा नू ला तू फिर मैं तेन कहानी सुनाऊ फिर कुछ मर्जी खा ले बन गई अपने मेरी गल सुन मैं पा लेनी है पा ला मुंह हाथ धोके नहाई बाथरूम जद कमली इनी समझानी पैंदी इनी समझानी पैंदी है की करिए ने भी दिमाग खा लिया आई नहीं हैगी भी केड़े वाले तू नहा ला तैयार हो जा है भी कहानी सुन लेंगी माड़े मोटे पानी धानी की घुट पी लेंगी कोई फल फूट खा लेंगी दुखी करते ने भी कहल करी गई कहानी सुननी कहानी सुन लिया हूं ला उच नहीं आदि बर्त हां हरेक त्योहार दी ला आ गया पता ही नहीं लगदा भी कोई रख दिया है कि नहीं रखया किसी ने लाहौर बने थोड़ा ही जबन रखया हां हां रखया है वरतो दा भी जिउंदी रहो भाई बुढ सुहागण रब सोडा भला करे जिउंदी रह पुत्त परमात्मा सुनो वादा करे तंदुरुस्त सोडा सुहाग जेवे ले हो गई तैयार हो गऊ हो ही जांदी आगी मैं खा कट्टियां नु कहानी सुना दूंगी चल मार लो हाक नु नहीं आ जा भीर आ जा तू भी बड़े लाते सने ता आ जा आ जा नहीं ओनू मखा चल कठिया नू कहानी सुना दूंगी ता करके मैं उड़ीक दी सी की हाँ। खानी की कर दी आउंदी है की नान आ जा ओए टाइम लाता मर जानी कुंड का तो कड्या है कोई गल नी कुंड चक दे ला दे कुंड चक दे नाले कुंड चक दिया दो मिनट हाले कहानी सुन ला बदल पहली कहा सीगा आ चक आ फड़ ला दाने ले ला मुठी च मैं कहानी सुनाई जाऊं तुसी की किदे देखी हां और की कोई जानी अपन दे मर तो दिमाग चक्या प्या तें दिमाग मेरा चक्या तेरा दिमाग कानु चक्या गया और तो सारी कहानी सुन देंगे कना अब दादा पै के मैं सुनाऊंगी कहानी 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 और की करे छनाती बच खा लो आ खा लो नी मन ता लगदा तू कुटनी पमेगी हां बच्चे कहानी ना रोजे तेरी तुसी कहानी सुन दो नी अगर ची बोल ऐ कर मैं चा धरदिया तू चीची कहानी छना दी ते मैं सुनी जाऊगी मैं चा पी लूंगी ओथे खड़ के नहीं एथे कोले बैठे कहानी सुनदे हुंदे ने कोले बैठे ला देख ला पैणे मेरी नूंदी मत हां फिर तुसी कहनुगा सस बोलदी है माड़ी है सुन लाड़ी चुप करके आ कड़क मेनू दे देवे ते काट ते ले जानियां नी बेच आउनी है हैं अकल तीन किस्तन दर माड़ी मोटी तैनू की बाली आ गया अकड़ हां नहीं पैणे हक लाली हां नहीं कानू तू डूमे नु छेड़ दिया मेनू कुछ कहण दी लोड़ नहीं बीबी इनानू कह दे नहीं मेरा ब्लड प्रेशर वध जूगा हां नहीं तैनू सुन लाण दे कहानी बेचारियां भुखियां बैठियां ने करी हरा दी चित्र जाया आ गई तेरे कन्ना च सुन लो फिर हां मार दिया आ देखो अब दी मां वर्गी मोटो जूई ज्यादा बनदी आगी उनी बोल दे चुप कर कहानी से इनन बुलाया ना करनी अपने सर करे ना आया करो नी भाजो जा भाजो बड़े दिन दे दिन लड़ी जानी हुंदा किसे नाल
ਨਿਚਲੀ ਬਹਿ ਜਾ ਤੂੰ ਮੈਂ ਤਾਂ ਛਿੱਤਰ ਨਾ ਖਾਲੀ ਕਿਤੇ ਸੁਣਾ ਦੇ ਨਾਲੇ ਹੈ ਨਹੀਂ ਸੱਚ ਨਹੀਂ ਮੇਰੀ ਗੱਲ ਤੇ ਸੁਣਨਗੇ ਹੱਥਣੇ ਫਿਰ ਬਾਈ ਵਰਤ ਕੇ ਮੈਂ ਖਲਾਉਗਾ ਕਿ ਵੀਡੀਓ ਕਾਲ ਲਾਏਗੀ ਉਹ ਦੀ ਕਾ ਤੋ ਗੱਲ ਯਾਦ ਕਰਾਉਂਦੀ ਆ ਪਾਪੀ ਨੇ ਰੋਣ ਲੱਗ ਜਾ ਬੜੇ ਦਿਨਾਂ ਦੇ ਦਿਨ ਫੇਰ ਉਹਨੇ ਫਿਰ ਵਰਤ ਕੇ ਮੈਂ ਖਲਾਉਗਾ ਚੱਚ ਵੀ ਭਗੋ ਤੇ ਬਾਹਰ ਲੈ ਦੇ ਇੱਥੇ ਬੈਠਾ ਨਹੀਂ ਨਹੀਂ ਵਰਤ ਤਾਂ ਮੈਂ ਖਲਾਉਂ ਤੇਰਾ ਕਰ ਖਾਇਆ ਜੀ ਮੈਂ ਖਲਾ ਦੂੰ ਵੀਡੀਓ ਕਾਲ ਨਹੀਂ ਕੋਈ ਨਾ ਨਹੀਂ ਭਾਈ ਤੂੰ ਕਾਨੂੰ ਇਹਦੇ ਨਾਲ ਬਾਲੀ ਹੁੰਦੀ ਹੋਰ ਹੀ ਉਦਣੇ ਖੱਡਾਂ ਤੇ ਪਾਣੀ ਪਾਉਣ ਲੱਗ ਜਾਂਦੀ ਆਗੀ ਹਾਂ ਚੱਲ ਚੱਲ ਅਛਨਾ ਅਛਨਾ ਕੀ ਕਰਨਾਗਾ ਨਹੀਂ ਭਾਈ ਤੂੰ ਬੜੀ ਸਾਡੇ ਮੈਂ ਤਾਂ ਲੱਗਦਾ ਕਿਸੇ ਦੀ ਮਾਸੀ ਇਹਨੂੰ ਤਾਂ ਪਰਾਂ ਕਾਦੀ ਗੱਲ ਚੱਚੀ ਤੂੰ ਉਹਦੀ ਸੁਣਾਉਂਦੀ ਜਦੋਂ ਧੋਤੇ ਬੈਠੀ ਦੀ ਕੀ ਕਰਾਂ ਮੈਂ ਤਾਂ ਐਂ ਸੀ ਵੀ ਇਕੱਠੀਆਂ ਨੂੰ ਸੁਣਾ ਦੂੰ ਕਹਾਣੀ ਮੈਂ ਸੁਣਨ ਨਹੀਂ ਦਿੰਦੀ ਹੈਗੀ ਤੂੰ ਕੱਲੀਆਂ ਕੱਲੀਆਂ ਕੰਦੀਆਂ ਨਹੀਂ ਕਿਸੇ ਹੋਰ ਕੋਲੇ ਭਾਈ ਵਗ ਜਾਂਦੀਆਂ ਪਹਿਲਾਂ ਰੋਣ ਸੂਰ ਤੇ ਰੋਣ ਬਹਿ ਜਾ गोभी बना के धरनी सी मैं हूं रोटी खानी सी भुख लग रही तेजी पता सरपंची नु कह जाना गा मैं खाते रोटी ਲੈ ਦੇਖ ਲੈ ਤੇ ਕਦੀ ਮੈਂ ਹੁਣੀ ਖਾ ਲਾਂ ਹੋਰ ਆਪਣੇ ਖਾਣੀ ਪੂਗ ਮੈਂ ਹੋਰ ਹੁਣ ਬਈ ਮੈਂ ਤਾਂ ਹੁਣੀ ਖਾਉਂਗੀ ਐ ਕਿਵੇਂ ਖਾਵੇਂ ਕਿ ਤੂੰ ਕਹਾਣੀ ਸੁਣ ਲੈ ਚੁੱਪ ਕਰਕੇ ਤਨ ਮਰਸਾ ਚੱਲ ਸੁਣਾ ਤੂੰ ਮਾਸੀ ਕਹਾਣੀ ਜੇ ਮੈਨੂੰ ਇਹਨਾਂ ਪਤਾ ਹੁੰਦਾ ਨਾ ਵੀ ਇਹ ਜੱਬਲ ਆਪਦੇ ਹੀ ਚੰਜੂ ਚੜਾ ਪਾ ਕੇ ਬੈਠ ਜੂ ਭਾਈ ਹੋਰ ਤੁਰ ਜੀ ਪੰਡਣ ਦੀ ਕਿਉਂ ਵਗ ਜਾਂਦੇ ਤੁਸੀਂ ਉਹ ਤਾਂ ਮੈਂ ਤਾਂ ਛੇਵ ਖਾਣੀ ਆ ਫਿਰ ਨਾਚਣਾ ਹਾਂ ਐ ਕਿਵੇਂ ਛੇਵ ਖਾਣੀ ਆ ਤੂੰ ਲੱਗੇ ਪਈ ਆ ਛੇਵ ਤੂੰ ਮੇਰੀ ਗੱਲ ਸੁਣ ਕਹਾਣੀ ਜਦੋਂ ਚਾਚੀ ਨੇ ਸੁਣਾਤੀ ਨਾ ਪਰੋ ਭਾਈ ਪਾਣੀ ਪੀਨੇ ਨੇ ਮੈਂ ਤਾਂ ਸੇਬ ਖਾਣੀ ਆ ਹਾਂ ਐ ਕਿ ਮੈਂ ਸੇਬ ਖਾ ਲੇਗੀ ਫਿਰ ਪਾਣੀ ਪੀਣੀ ਆ ਪਹਿਲਾਂ ਹੀ ਸੁਣ ਲਾ ਚਾਚੀ ਤੋਂ ਠੀਕ ਆ ਆਪਾਂ ਸਾਰੇ ਇੱਥੇ ਬਹਿ ਕੇ ਖਾ ਲਾਂਗੇ ਅਸੀਂ ਵੀ ਬਾੜਾ ਕਰਦੇ ਆ ਖਾ ਲਈ ਕਹਾਣੀ ਸੁਣ ਲਾ ਕੋਈ ਨਾ ਕੋਈ ਨਾ ਚਾਚਾ ਚਾਚਾ ਬੀਬੀ ਇੱਕ ਰਾਜਾ ਸੀ ਹਾਂ ਰਾਜੇ ਦੇ 7 ਲੜਕੇ ਅੱਛਾ ਇੱਕ ਲੜਕੀ ਸੀ ਹਾਂ 7 ਲੜਕੇ ਰਾਜੇ ਦੇ ਵਿਆਹੇ ਹੋਏ ਸੀ ਅੱਛਾ ਜਿਹੜੀ ਰਾਜੇ ਦੀ ਲੜਕੀ ਸੀ ਬੀਪਗੇ ਸਾਰੀ ਗੱਲ ਛੱਡੜੀਏ ਮੇਰੇ ਤਾਂ ਗੱਲ ਯਾਦ ਆ ਗਈ ਉਹਨੂੰ ਵੀਡੀਓ ਕਾਲ ਲਾਉਣੇ ਨਹੀਂ ਵੀਡੀਓ ਕਾਲ ਤੇ ਉਹਨੂੰ ਵੀ ਕਹਾਣੀ ਸੁਣਾਵਾਂਗੇ ਫੋਨ ਤੇ ਵੀਡੀਓ ਕਾਲ ਲਾ ਕੇ ਦੇਣੀ ਉਹਨੂੰ ਮੇਰਾ ਫੋਨ ਤਾਂ ਘਰੇ ਪਿਆ ਭੁੱਲੇ ਵੀਡੀਓ ਕਾਲ ਲਾ ਕੇ ਦੇ ਦੇ ਨਾਲੇ ਮੇਰੀ ਗੱਲ ਤਾਂ ਇਹ ਕਹਾਣੀ ਸੁਣਨੀ ਆ ਕਿ ਨਹੀਂ ਕਹਾਣੀ ਸੁਣਨੀ ਮੈਂ ਉਹਨੂੰ ਵੀ ਕਹਾਣੀ ਸੁਣਾਉਣੀ ਮੇਰੇ ਘਰ ਵਾਲੇ ਨੂੰ ਕਹਾਣੀ ਵਾਰ ਲੈ ਦੇ ਅਸਤ ਵਿੱਚ ਸੁਣਾ ਦੇ ਰਚਨਾ ਕੋਲੇ ਨਹੀਂ ਕੋਈ ਨਾ ਉਹਨੂੰ ਫੇਰ ਕਹਾਣੀ ਸੁਣਾ ਦੀ ਤੂੰ ਮੈਂ ਤਾਂ ਉਹਦੇ ਜਿੰਨਾ ਚ ਕਰੋੜ ਕਹਾਣੀ ਨਹੀਂ ਸੁਣਾਉਂਦੀ ਉਹਨਾਂ ਚ ਕਰੋ ਨਹੀਂ ਕਰਦੀ ਨਾਲੇ ਵਿੱਚ ਸੇਬ ਖਾ ਲੂੰਗੀ ਹਾਂ ਮੈਂ ਜਾਣ ਨਹੀਂ ਉਹ ਤੋੜਤਾ ਵਰਤ ਨਹੀਂ ਭਾਈ ਇਹਦਾ ਮੈਂ ਕੀ ਕਰਾਂ ਹੋ ਚਾਚੀ ਸਾਨੂੰ ਸੁਣਾ ਦੇ ਤਾਂ ਬੋਲ ਲੈ ਕਰ ਲਾ ਉਹ ਤਾਂ ਜੀਭ ਮੂਤ ਦੀ ਸੀ ਫਲ ਖਾਣ ਨੂੰ ਮੈਂ ਤਾਂ ਲਾਦਾ ਵਰਤ ਹੁਣ ਭਾਈ ਤੋੜ ਦੂ ਉਹ ਮੈਂ ਤਾਂ ਮਸਾ ਰਖਾਇਆ ਵੜ ਦੂ ਅੰਦਰ ਹਾਂ ਹਾਂ ਨਾ ਨਾ ਜਿਹੜਾ ਸਾਡਾ ਰਹਿ ਗਿਆ ਇੱਕ ਅੱਧਾ ਟੱਪਾ ਤੂੰ ਉਹ ਸੁਣਾ ਸਾਨੂੰ ਬਸ ਭਾਈ ਇੱਕ ਵੀਰ ਨੇ ਬੇਟੀ ਸੀ 7 ਲੜਕੇ ਰਾਜੇ ਦੇ ਵਿਆਹੇ ਹੋਏ ਸੀ ਜਦੋਂ ਵਿਆਹੇ ਸੀ ਵਰਤ ਆ ਗਏ ਭਾਈ 7 ਉਹਦੀਆਂ ਪਰਜਾਈਆਂ ਨੇ ਵਰਤ ਰੱਖ ਲਏ ਵੀਰ ਨੇ ਬੇਟੀ ਕਹਿੰਦੀ ਮੈਂ ਵੀ ਵਰਤ ਰੱਖੂ ਮੰਗੀ ਹੋਈ ਸੀ ਹਾਂ ਜਦੋਂ ਭਾਈ ਵਰਤ ਰੱਖ ਲਏ ਸਾਰੀਆਂ ਨੇ ਜਿਹੜੇ ਭਾਈ ਸੀ ਉਹਨਾਂ ਨੂੰ ਵੀਰ ਨੇ ਬੇਟੀ ਬਾਹਲੀ ਲਾਟ ਲਈ ਸੀ ਇਕੱਲੀ ਭੈਣ ਕਰਕੇ ਉਹਦੇ ਭਾਈਆਂ ਨੇ ਕੀ ਕਿਹਾ ਵੀ ਹਾਲ ਤੱਕ ਚੰਦ ਤਾਂ ਚੜੇ ਹੀ ਨਹੀਂ ਬੀਬੀ ਮੈਂ ਤਾਂ ਕਰਦ ਨਹੀਂ ਥਾਈ ਮੈਂ ਤਾਂ ਛੇਵ ਚੀਰਨ ਵਾਸਤੇ ਸਾਰੇ ਕਿਤੇ ਪਾਲੇ ਅੜੀਆਂ ਨਾ ਮੈਨੂੰ ਕਾਲਾ ਲੂਣ ਥਾਇਆਗਾ ਨਹੀਂ ਭਾਈ ਬਸ ਮੇਰੀ ਗੱਲ ਸੁਣ ਲਾ ਕਾਲਾ ਲੂਣ ਖਾ ਕੇ ਤੂੰ ਕਹਿੰਦਾ ਆ ਕਾਲਾ ਲੂਣ ਤੈਨੂੰ ਮੈਂ ਦੱਸ ਦੂੰ ਨਹੀਂ ਲੂਣ ਨਹੀਂ ਖਾਂਦੇ ਹੁੰਦੇ ਸੱਚੇ ਦੇ ਚ ਲੂਣ ਲੈਣ ਦੇ ਤਾਂ ਮੈਨੂੰ ਪਤਾ ਨਹੀਂ ਤੂੰ ਖੜੀ ਆ ਤਰ कहानी का कोई स्वाद ही नहीं है ਹੋਰ ਫੇਰ ਥਾਲੀ ਚੱਲ ਫੇਰ ਲੈ ਜਾਵਾਂਗੇ ਚੱਲ ਕੋਈ ਨਾ ਫੇਰ ਲੈ ਚੱਲ ਆ ਜਾ।